ਚੰਡੀਗੜ੍ਹ ਦੇ ਵਿੱਚ ਜਿਹੜਾ ਬਲਾਸਟ ਹੋਇਆ ਸੀ ਉਹਦੀ ਆਪਾਂ ਬਾਤ ਤਫਸੀਲ ਗੱਲ ਕੀਤੀ ਸੀ, ਉਹਦੇ ਵਿੱਚ ਕੋਈ ਅਪਡੇਟ ਹੈ ਕੋਈ ਨਵੀਂ? ਨਹੀਂ, ਉਹਦੇ 'ਚ ਤਾਂ ਹੁਣ ਗ੍ਰਿਫਤਾਰੀ ਦੇ ਕਹਿ ਲਓ ਕਿ DGP ਨੇ ਪੁਸ਼ਟੀ ਕਰਕੇ ਇੱਕ ਪੋਸਟ ਵੀ ਪਾ ਦਿੱਤਾ ਜੀ ਕਿ ਇੱਕ ਗ੍ਰਿਫਤਾਰੀ ਜਿਹੜੀ ਹੈ ਰੋਹਨ ਮੈਸੀ ਦੇ ਨਾਮ ਦੀ ਉਹ ਹੋ ਚੁੱਕੀ ਆ। ਦਰਅਸਲ ਕੀ ਆ ਕਿ ਇਹ ਕਹਾਣੀ ਪੁਲਿਸ ਤੋਂ ਪਹਿਲਾਂ ਲੋਕਾਂ ਨੇ ਆਪ ਹੀ ਸਾਫ਼ ਕਰ ਲਈ ਸੀਗੀ। ਜੀ ਅਸੀਂ ਵੀ ਕੱਲ੍ਹ ਕਹਿ ਲਓ ਕਿ ਸੁਣ ਸੁਣਾ ਕੇ ਕੁਛ ਗੱਲਾਂ ਇੱਧਰ ਉੱਧਰ ਦੀਆਂ ਅਤੇ ਇਹੋ ਸਿੱਟਾ ਕੱਢਿਆ ਸੀਗਾ ਕਿ ਮਾਮਲਾ ਤਾਂ ਉਹੋ ਹੀ ਆ ਜੀ, ਮਾਮਲਾ ਤਾਂ ਹੁਣ ਤਕਰੀਬਨ ਸਪਸ਼ਟ ਆ ਬਿਲਕੁਲ ਕਿ ਇਹਨਾਂ ਨੇ ਜਿਹੜਾ ਇਹਨਾਂ ਦਾ ਕਹਿ ਲਓ ਕਿ ਸਪੈਸ਼ਲ ਸਟੇਟ ਆਪਰੇਸ਼ਨ ਸੈੱਲ ਆ SSOC ਜਿਹਨੂੰ ਕਹਿੰਦੇ ਆ, ਤਾਂ ਉਹਨਾਂ ਨੇ ਜਿਹੜੇ ਬੰਦੇ ਫੜੇ ਸੀਗੇ ਜੀ ਜੋ ਉਹਨਾਂ ਨੇ ਦੱਸਿਆ ਉਹਨਾਂ ਨੇ ਇਨਪੁੱਟ ਦੇ ਦਿੱਤੀ ਸੀ ਇੰਟੈਲੀਜੈਂਸ ਨੂੰ ਕਿਆ ਕੁਛ ਹੋ ਸਕਦਾ। ਹੁਣ ਉਹ ਫੇਲੀਅਰ ਇਹਨਾਂ ਦੀ ਹੈ, ਪੁਲਿਸ ਉਹ ਮੰਨੇਗੀ ਨਹੀਂ। ਜੀ ਉਹ ਬੰਦੇ ਜਿਹੜੇ ਆ ਜਿਹੜੇ ਫੜੇ ਆ ਹੈਪੀ ਪਾਸ਼ੀਆ, ਵੈਸੇ ਪਿੰਡ ਦਾ ਨਾਂ ਸ਼ਾਇਦ ਪਾਸੀਆਂ ਜੀ, ਹੁਣ ਇਹ ਸ਼ਬਦਾਂ ਦਾ ਹੇਰ ਫੇਰ ਹੋ ਜਾਂਦਾ ਕਈ ਵਾਰ ਜੀ, ਕਈ ਵਾਰ ਪਾਸ਼ੀਆ ਸ਼ਾਇਦ ਜੀ। ਤਾਂ ਇਹ ਉਸੇ ਪਿੰਡ ਦਾ ਝਗੜਾ ਕੋਈ ਇਹਦਾ ਹੋਇਆ ਸੀਗਾ ਅਤੇ ਉਹ ਤੋਂ ਬਾਅਦ ਇਹ ਆਪਦੀ ਰਿਸ਼ਤੇਦਾਰੀ 'ਚ ਰਹਿੰਦਾ ਸੀਗਾ ਜੀ। ਕਮਾਲ ਦੀ ਗੱਲ ਇਹ ਆ ਕਿ ਜਿਹੜੀ ਕਹਾਣੀ ਹੁਣ ਤੱਕ ਨਿਕਲੀ ਆ ਆਉਂਦੇ ਕਿ ਇਹ ਪਹਿਲਾਂ ਵੀ ਆਏ ਰੇਕੀ ਕਰਨ, ਰੇਕੀ ਕਰਨ ਆਇਆ ਅਤੇ ਉਦਣ ਵੀ ਆਟੋ 'ਤੇ ਆਏ ਜੀ। ਆਟੋ ਵਾਲੇ ਨੂੰ ਕਹਿੰਦੇ ਕਿ ਚੱਲ ਮਾੜਾ ਜਿਹਾ 10 'ਚ ਗੇੜੇ ਹੀ ਕੱਢਣੇ ਆ। ਕਮਾਲ ਦੀ ਗੱਲ, ਗੇੜੇ ਗੂੜੇ ਕੱਢ ਕੇ ਜਦੋਂ ਦੁਬਾਰਾ ਆਇਆ ਹੁਣ ਬੱਸ ਦੇ ਰਾਹੀਂ ਆਏ ਆ ਜੀ। ਕੰਡਕਟਰ ਨੇ ਵੀ ਸਿਆਣ ਲਿਆ, ਕਹਿੰਦਾ ਕਿ ਬੱਸ ਦੇ ਵਿੱਚ ਹੀ ਟੀ-ਸ਼ਰਟ ਬਦਲ ਲਈ, ਪਤਾ ਨਹੀਂ ਕੀ ਚੱਕਰ ਹੋਇਆ। ਅਸੀਂ ਦੇਖਿਆ ਕੋਈ ਦਾਦ ਖਾਜ ਖੁਜਲੀ ਵਾਲਾ ਕੋਈ ਸਿਸਟਮ ਹੋ ਜੀ, ਮਤਲਬ ਉਹ ਫੇਰ ਆਏ ਆ ਅਤੇ 43 ਦਾ ਬੱਸ ਅੱਡਾ ਤੁਸੀਂ ਵੇਖਿਆ ਹੋਣਾ ਸ਼ਾਇਦ, ਤਾਂ ਉਹ ਤੋਂ ਬਾਹਰ ਨਿਕਲੇ ਆ ਜਦੋਂ ਉਹੀ ਆਟੋ ਵਾਲਾ ਫੇਰ ਤਪਾਕਨ ਮਿਲ ਗਿਆ। ਕਹਿੰਦੇ ਭਾਊ ਸਿਆਣਿਆ ਨਹੀਂ ਉਹ, ਆਉਂਦਾ ਵੀ ਸਿਆਣਿਆ ਨਹੀਂ ਉਹ, ਆਪਾਂ ਉਹ ਜਦੋਂ ਗੇੜੇ ਜੇ ਕੱਢ ਕੇ ਆਏ ਹਾਂ। ਕਹਿੰਦੇ ਹੁਣ ਫੇਰ ਉੱਥੇ ਹੀ ਚੱਲਣਾ, ਉਹ ਕਹਿੰਦਾ ਮੈਨੂੰ ਲੈ ਗਏ ਨੇ ਬਸ। ਅਤੇ ਹੁਣ ਕਹਿੰਦਾ ਚੰਗਾ ਹੋ ਗਿਆ ਨਹੀਂ ਸਿਆਣਿਆ ਤੇ, ਨਹੀਂ ਨਹੀਂ ਉਹਨੂੰ ਲੈ ਗਏ, ਉਹ ਚਲਾ ਗਿਆ, ਉਹ ਤਾਂ ਵਿਚਾਰਾ ਗਰੀਬ ਫਸ ਗਿਆ ਸੀਗਾ ਜੀ ਜੀ। ਉਹ ਕਹਿੰਦਾ ਮੁੜ ਕੇ ਕਾਂਡ ਕਰਕੇ ਮੈਂ ਤਾਂ ਡਰ ਗਿਆ ਸੀ ਬਈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਮੈਨੂੰ ਨਹੀਂ ਪਤਾ ਵੀ ਇਹੀ ਕਰ ਆਏ, ਖੜਾਕ ਉੱਥੇ ਹੋਇਆ, ਮੈਂ ਤਾਂ ਆਟੋ ਨੂੰ ਲਾ ਦਿੱਤੀ ਲੰਬ ਜੀ, ਮੈਂ ਤਾਂ ਕਢਾਤੀਆਂ ਆਟੋ ਦੀਆਂ ਚੀਕਾਂ ਖਿੱਚ ਕੇ ਜਦੋਂ 18 ਦੀਆਂ ਲਾਈਟਾਂ 'ਤੇ ਆਏ ਹਾਂ ਮੈਨੂੰ ਕਹਿੰਦੇ ਲਾਈਟ ਜੰਪ ਕਰ ਦੇ, ਅਤੇ ਕਹਿੰਦੇ ਵੀ ਸਰੀਰ ਸਰੂਰ ਉਹਨਾਂ ਦੇ ਵੱਜੇ ਹੀ ਫੁੱਲ, ਪੰਜਾਬੀ 'ਚੋਂ ਗੱਲਾਂ ਪਏ ਕਰਦੇ ਸੀ, ਸਜ਼ਾ ਦੇ ਤੀ ਇਹ ਕਰ ਦਿੱਤਾ ਉਹ ਕਰ ਦਿੱਤਾ, ਅਤੇ ਜਦੋਂ ਮੈਂ ਰੈੱਡ ਲਾਈਟ ਜੰਪ ਕਰਨ ਤੋਂ ਇਨਕਾਰ ਕਰ ਦਿੱਤਾ ਮੁੜ ਕੇ ਉਹ 18 ਦੇ ਰਹਿਸ਼ੀ ਇਲਾਕੇ ਨੂੰ ਭੱਜ ਵਗੇ ਨੇ, ਜਾਂਦੇ ਜਾਂਦੇ 500 ਦਾ ਨੋਟ ਸੁੱਟ ਗਏ ਜੀ। ਉਹ ਤੋਂ ਬਾਅਦ ਪੁਲਿਸ ਨੂੰ ਮਤਲਬ ਕਿ ਹੋਰ ਵੀ ਕੁਝ ਹੋ ਸਕਦਾ ਸਬੂਤ ਮਿਲੇ, ਹੁਣ ਪਤਾ ਲੱਗ ਗਿਆ ਕਿ ਬਈ ਇਹ ਆਹ ਬੰਦੇ ਆ, ਤਾਂ ਦੱਸਦੇ ਆ ਕਿ ਜਿੱਥੇ ਉਹ ਰਿਸ਼ਤੇਦਾਰੀ 'ਚ ਠਹਿਰਿਆ ਸੀਗਾ ਉਸੇ ਹੀ ਪਿੰਡ ਦੁਬਾਰਾ ਚਲੇ ਗਿਆ। ਵੇਖ ਲਓ ਕਮਾਲ ਦੀ ਗੱਲ ਹੈ, ਐਡਾ ਵੱਡਾ ਹੈ ਹੀ ਨਹੀਂ ਕੋਈ ਜਮਾ, ਐਡਾ ਵੱਡਾ ਕੰਮ ਕਰਕੇ ਉਹ ਤਾਂ ਬੇਫਿਕਰੇ ਢੰਗ ਨਾਲ ਹੀ ਤੁਰੇ ਫਿਰਦੇ ਜੀ, ਮਤਲਬ ਕਿ ਖਲੜੀ 'ਚ ਕੋਈ ਡਰ ਹੀ ਨਹੀਂ। ਉਹ ਫਿਰ ਖੰਨੇ ਦੇ ਲਾਗਿਓ ਕਾਊਂਟਰ ਇੰਟੈਲੀਜੈਂਸ ਨੇ ਇਹਨਾਂ ਨੂੰ ਰਾਤ ਹੀ ਫੜ ਲਿਆ ਸੀਗਾ ਜੀ। ਹਾਲਾਂਕਿ ਇੱਕ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਨੇ ਇਹਨਾਂ ਨੇ, ਪਰ ਮੈਨੂੰ ਲੱਗਦਾ ਕਿ ਇਹ ਦੋਨੇ ਗ੍ਰਿਫਤਾਰ ਹੋ ਗਏ ਨੇ ਜੀ, ਕਿਉਂਕਿ ਗ੍ਰਿਫਤਾਰੀ ਕੀਤੀ ਆ ਕਾਊਂਟਰ ਇੰਟੈਲੀਜੈਂਸ ਨੇ ਲੁਧਿਆਣੇ ਏਰੀਏ 'ਚ, ਖੰਨੇ ਏਰੀਏ 'ਚ ਕੀਤੀ ਆ ਜੀ ਗ੍ਰਿਫਤਾਰੀ, ਰਾਤ ਹੀ ਹੋ ਗਈ ਸੀਗੀ। ਅਸੀਂ ਸਵੇਰੇ ਹੀ ਆ ਕੇ ਮਤਲਬ ਕਿ ਇਹਨਾਂ ਚੀਜ਼ਾਂ 'ਤੇ ਕੰਮ ਕਰਨਾ ਸਟਾਰਟ ਕਰ ਦਿੱਤਾ ਸੀਗਾ ਕਿ ਗ੍ਰਿਫਤਾਰੀ ਹੋ ਗਈ ਆ, ਕਿਸੇ ਵੇਲੇ ਵੀ ਅਨਾਊਂਸ ਕਰ ਦੇਣਗੇ, ਕਿਸੇ ਵੇਲੇ ਵੀ ਇਹ ਪੁਸ਼ਟੀ ਕਰ ਦੇਣਗੇ।
ਤੋ ਮੈਂ ਕੋਈ ਆਪਣੇ ਕਿਸੇ ਸੋਰਸ ਨੂੰ ਦੱਸ ਰਿਹਾ ਸੀ, ਉਹ ਕਹਿੰਦਾ ਯਾਰ ਕਮਾਲ ਹੈ ਤੈਨੂੰ ਕਿਵੇਂ ਪਤਾ ਲੱਗ ਗਿਆ, ਸਾਨੂੰ ਤਾਂ ਹਲੇ ਪਤਾ ਨਹੀਂ ਲੱਗਿਆ। ਫਿਰ ਉਹਦਾ ਫੋਨ ਆਇਆ ਕਹਿੰਦਾ ਹਾਂ ਹਾਂ ਸਹੀ ਹੈ ਯਾਰ, ਹੋ ਗਈ ਹੈ ਗ੍ਰਿਫਤਾਰੀ। ਤੋ ਕਹਿਣ ਦਾ ਭਾਵ ਇਹ ਆ ਕਿ ਬਈ ਇਹ ਸਾਰਾ ਕੁਛ ਜਿਹੜਾ ਹੈ ਨਾ, ਉਹ ਜਿੱਦਾਂ ਹੁਣ ਤੁਸੀਂ ਦੇਖੋਗੇ ਨਕੋਦਰ ਕਾਂਡ ਦੇ ਨਾਲ ਹੀ ਜੋੜਿਆ ਜਾ ਰਿਹਾ, ਜ਼ਿੰਮੇਵਾਰੀ ਵੀ ਲੈ ਲਈ ਗਈ। ਤਾਂ ਕਮਾਲ ਦੀ ਗੱਲ ਆ ਕਿ ਉਹ ਬੰਦਾ ਜਿਹੜਾ ਬੰਦਾ ਜ਼ਿੰਮੇਵਾਰ ਸੀਗਾ ਜਾਂ ਜਿਸ ਬੰਦੇ ਨੂੰ ਇਹਨਾਂ ਨੇ ਟਾਰਗੇਟ ਕਰਨਾ ਸੀ ਉਹ ਤਾਂ ਉੱਥੋਂ ਨਿਕਲ ਚੁੱਕਾ। ਅਤੇ ਇਹਦਾ ਮਤਲਬ ਇਹ ਆ ਕਿ ਤੁਸੀਂ ਇਹੋ ਜਿਹਾ ਕੰਮ ਕਰਨ ਲੱਗੇ ਸੋ ਕਿ ਜੇ ਤੀਰ ਟਿਕਾਣੇ ਲੱਗ ਜਾਂਦਾ ਤਾਂ ਤੁਸੀਂ ਇੱਕ ਨਿਰਦੋਸ਼ ਰੇੜ ਦੇਣਾ ਸੀ। ਬਿਲਕੁਲ ਮਤਲਬ ਕਿ ਇਹ ਕਿਹੋ ਜਿਹਾ ਬਦਲਾ ਹੈ ਕਿ ਤੁਸੀਂ ਇਹ ਨਹੀਂ ਵੇਖ ਰਹੇ ਕਿ ਜਾਇਜ਼ ਨਜਾਇਜ਼ ਕੌਣ ਹੈ। ਪਹਿਲੀ ਗੱਲ ਤਾਂ ਹੈ ਕਿ ਇੰਨੀ ਕੱਚੀ ਇਨਫੋਰਮੇਸ਼ਨ ਇਹਨਾਂ ਕੋਲ ਹੁੰਦੀ ਨਹੀਂ। ਖੈਰ ਜਦੋਂ ਇੰਨਾ ਬੰਦਾ ਕੰਮ ਕਰਦਾ ਇਹ ਪਤਾ ਨਹੀਂ ਕਿਵੇਂ ਭੁਲੇਖੇ 'ਚ ਤੁਰੇ ਫਿਰੇ ਕਿ ਜਿਵੇਂ ਤੁਸੀਂ ਦੱਸਿਆ ਵੀ ਸਮਾਨ ਸਮੂਨ ਦੇ ਚੱਕਰ 'ਚ ਹੀ ਆ ਗਏ ਹੋ ਕਿਤੇ। ਹਾਂਜੀ ਦੇਖੋ ਇਹ ਹੁਣ ਪਤਾ ਨਹੀਂ ਬਈ, ਮੈਨੂੰ ਨਹੀਂ ਪਤਾ, ਆਪਾਂ ਤਾਂ ਪੁਸ਼ਟੀ ਨਹੀਂ ਕਰ ਸਕਦੇ ਕਿ ਆਟੋ ਵਾਲਾ ਹੀ ਕਹਿੰਦਾ ਜੀ ਕਿ ਮੈਨੂੰ ਤਾਂ ਰਜੇ ਪੁੱਜੇ ਲੱਗਦੇ ਸੀ ਵੀ ਗੱਡੀਆਂ ਗੜਗੈਂਸ ਹੋਈਆਂ ਪਈਆਂ ਸੀ। ਜੀ ਜੀ ਤਾਂ ਇਹੀ ਲੱਗਦਾ ਕਿ ਜਾ ਕੇ ਅਤੇ ਕਰਕੇ ਧਮਾਕਾ ਅਤੇ ਉਹ ਫਿਰ ਉਸੇ ਰਿਸ਼ਤੇਦਾਰੀ 'ਚ ਜਿੱਥੇ ਕਹਿ ਲਓ ਕਿ ਪਿੰਡ ਦੇ ਬੰਦੇ ਬੰਦੇ ਨੂੰ ਪਤਾ ਹੁੰਦਾ ਕਿ ਫਲਾਣਾ ਯਾਰ ਝਗੜਾ ਕਰਕੇ ਅਤੇ ਅੱਜ ਕੱਲ੍ਹ ਨਾਨਕੇ ਰਹਿੰਦਾ ਜਾਂ ਭੂਆ ਕੋਲ ਰਹਿੰਦਾ ਜੀ, ਉੱਥੇ ਹੀ ਲੱਗਦਾ ਨੇੜੇ ਤੇੜੇ ਉਹਨਾਂ ਨੇ ਜੋ ਪੜਿਆ ਇਹਨਾਂ ਨੇ ਜੀ। ਤਾਂ ਗੱਲ ਇਹ ਆ ਕਿ ਜੇ ਐਸੀ ਕਹਾਣੀ ਹੈ ਸੁਖਮ ਸਾਹਿਬ, ਇਹ ਬਹੁਤ ਚਿੰਤਾਜਨਕ ਗੱਲ ਹੈ। ਬਿਲਕੁਲ ਪਹਿਲੀ ਗੱਲ ਤਾਂ ਇਹ ਆ ਕਿ ਗੈਂਗਸਟਰ ਜਿਹੜੇ ਆ ਉਹ ਰੈਡੀਕਲ ਹੋ ਰਹੇ ਆ ਜਾਂ ਉਹਨਾਂ ਦੀਆਂ ਮੈਨੂੰ ਨਹੀਂ ਪਤਾ ਕੀ ਮਸਲਾ ਹੈ, ਜਾਂ ਭਾਵਨਾਤਮਕ ਤੌਰ 'ਤੇ ਉਹ ਇੱਕ ਵੱਖਰੇ ਵੇ ਗੱਲ ਜਾ ਰਹੇ, ਉਹ ਤਾਂ ਅੰਦਰ ਦੀਆਂ ਕਹਾਣੀਆਂ ਮੈਨੂੰ ਨਹੀਂ ਪਤਾ ਕਿ ਕਿਸੇ ਸਾਜਿਸ਼ ਦਾ ਹਿੱਸਾ ਨੇ ਜਾਂ ਉੱਥੇ ਹੋਰ ਵੀ ਤਾਕਤਾਂ ਬੈਠੀਆਂ ਜੀ ਜਿਹੜੀਆਂ ਕਿ ਗਾਂ ਭਾਵਨਾਤਮਕ ਤੌਰ 'ਤੇ ਹੋ ਸਕਦਾ ਇਹਨਾਂ ਨੂੰ ਵੀ ਯੂਜ਼ ਕਰ ਰਹੀਆਂ ਹੁਣ। ਬਿਲਕੁਲ, ਪਰ ਗਾਂ ਇਹ ਬਹੁਤ ਖਤਰਨਾਕ ਗੱਲ ਹੈ। ਪਹਿਲੀ ਗੱਲ ਤਾਂ ਹੈ ਕਿ ਇਸ ਗੱਲ ਦੀ ਮਾਨ ਸਾਹਿਬ ਨੂੰ ਜਵਾਬਦੇਹੀ ਤੈਅ ਕਰਨ ਦੀ ਜ਼ਰੂਰਤ ਆ। ਬਿਲਕੁਲ ਜੀ, ਉਹਨਾਂ ਦੀ ਵੀ ਜਵਾਬਦੇਹੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਕੋਲ ਇਨਪੁੱਟ ਸੀ। ਫਿਰ ਵੀ ਬਾਵਜੂਦ ਇਸ 'ਤੇ ਉਹ ਆਰਾਮ ਨਾਲ ਬੱਸ 'ਤੇ ਆ ਗਏ, ਕਦੇ ਆਟੋ 'ਤੇ ਆ ਗਏ, ਕਦੇ ਕਾਸੇ 'ਤੇ ਆ ਗਏ, ਕਦੇ ਕਾਸੇ 'ਤੇ ਆ ਗਏ, ਅਤੇ ਕਾਂਡ ਕਰਕੇ ਉਹ ਚਲੇ ਗਏ ਨੇ। ਚਲੇ ਗਏ, ਬਿਲਕੁਲ। ਇਹਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਕਿ ਜਦੋਂ SSOC ਨੇ ਬੰਦੇ ਫੜੇ ਉਹਨਾਂ ਨੇ ਇਨਪੁੱਟ ਦੇ ਦਿੱਤੀ ਜੀ ਕਿ ਆਹ ਕੋਠੀ ਆ ਅਫਸਰ ਨਿਸ਼ਾਨੇ 'ਤੇ ਆ, ਤਾਂ ਤੁਸੀਂ ਤਦ ਵੀ ਨਹੀਂ ਰੋਕ ਸਕਦੇ ਇਹ ਫੇਲੀ ਹੋ ਰਿਹਾ। ਦੂਜੀ ਚੀਜ਼ ਕਿ ਜੇ ਇਹੋ ਜਿਹੇ ਮੁੰਡੇ ਛੋਟੇ ਮੋਟੇ ਝਗੜਿਆਂ 'ਚ, ਛੋਟੇ ਮੋਟੇ ਕ੍ਰਿਮੀਨਲ, ਜਿਵੇਂ ਆਪਾਂ ਸਿੱਧੂ ਮੂਸੇ ਵਾਲੇ ਹੱਤਿਆਕਾਂਡ 'ਚ ਦੇਖਿਆ ਕਿ ਮੇਨ ਰੇਕੀ ਕਰਨ ਵਾਲਾ ਜਿਹੜਾ ਸੀ ਉਹ ਕੇਕੜਾ ਕੁਰੇ ਇਹੋ ਜਿਹਾ ਨਾਮ ਸੀ ਉਹਦਾ, ਮਤਲਬ ਉਹ ਵੀ ਖਾਣ ਪੀਣ ਵਾਲੇ ਸੀਗੇ ਜੀ। ਤਾਂ ਸਿੱਧੂ ਮੂਸੇ ਵਾਲਾ ਜਦੋਂ ਤੁਰ ਰਿਹਾ ਸੀ ਆਪਣੇ ਘਰੋਂ, ਸਭ ਤੋਂ ਕਹਿ ਲਓ ਕਿ ਜ਼ਰੂਰੀ ਜਾਣਕਾਰੀ ਉਸ ਬੰਦੇ ਨੇ ਦਿੱਤੀ ਸੀ ਜੀ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਡੇ ਸਿਸਟਮ ਵਾਸਤੇ ਸੋਚਣ ਵਿਚਾਰਨ ਦਾ ਵਿਸ਼ਾ ਹੈ ਕਿ ਇਹ ਕੋਈ ਛੋਟਾ ਮੋਟਾ ਕਾਂਡ ਨਹੀਂ ਹੈ। ਨੈਸ਼ਨਲ ਮੀਡੀਆ ਨੇ ਇਸਨੂੰ ਗਰਦਾਨ ਵੀ ਦਿੱਤਾ ਕਿ ਖਾਲਿਸਤਾਨੀਆਂ ਨੇ ਹਮਲਾ ਕਰਾ ਦਿੱਤਾ। ਬਿਲਕੁਲ ਬਿਲਕੁਲ ਬਿਲਕੁਲ, ਇਹ ਸਾਡੇ ਵਾਸਤੇ ਸੋਚਣ ਵਿਚਾਰਨ ਦਾ ਵਿਸ਼ਾ ਕਿ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਐਲੀਮੈਂਟ ਨੇ ਜਾਂ ਕਹਿ ਲਓ ਕਿ ਕੁਰਾਏ ਪਏ ਗੱਭਰੂ ਨੇ, ਉਹ 10-20 ਹਜ਼ਾਰ 'ਚ ਨਾ ਸਿਰਫ ਬੰਦਾ ਮਾਰ ਰਹੇ ਆ ਜੀ, ਹੋ ਸਕਦਾ ਕਿ ਇੰਨੀ ਕੁ ਰਕਮ ਦੇ ਵਿੱਚ ਜਾਂ ਕਹਿ ਲਓ ਕਿ ਕਿਸੇ ਹੋਰ ਭਾਵਨਾਤਮਕ ਵੇਗ ਦੇ ਵਿੱਚ ਆ ਕੇ ਉਹ ਐਡੇ ਵੱਡੇ ਕਾਂਡ ਨੂੰ ਅੰਜਾਮ ਦੇ ਰਹੇ। ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ 'ਤੇ UAPA ਲੱਗੇਗੀ ਜੀ, NIA ਇਸ ਮਾਮਲੇ ਨੂੰ ਆਪਣੇ ਹੱਥ ਲਏਗੀ, ਸਾਰੀ ਜ਼ਿੰਦਗੀ ਤੁਸੀਂ ਇਹਦੇ 'ਚੋਂ ਨਹੀਂ ਨਿਕਲ ਸਕੋਗੇ। ਕੋਈ ਬਾਹਰ ਬੈਠਾ ਉਹਨੇ ਤਾਂ ਇੱਧਰ ਆਉਣਾ ਨਹੀਂ ਜਦ ਤੱਕ ਉਹਨੂੰ ਕਹਿ ਲਓ ਕਿ
ਉਹਦੀ ਲੋਕੇਸ਼ਨ ਟਰੇਸ ਨਹੀਂ ਕਰਨਗੇ, ਹਵਾਲਗੀ ਹਾਸਲ ਨਹੀਂ ਕਰਨਗੇ, ਤਦ ਤੱਕ ਕੋਈ ਵੀ ਪੀਓ ਬੰਦਾ, ਕੋਈ ਵੀ ਵਾਂਟਡ ਬੰਦਾ, ਉਹ ਤਾਂ ਉੱਥੇ ਬੈਠਾ ਆਪਦਾ ਨਜ਼ਾਰੇ ਨਾਲ, ਹੋ ਸਕਦਾ ਬਿਜ਼ਨਸ ਕਰ ਰਿਹਾ ਹੋਵੇ, ਹੋ ਸਕਦਾ ਆਪਦੀ ਲਾਈਫ ਇੰਜੋਏ ਕਰ ਰਿਹਾ, ਠੀਕ ਹੈ ਨਾ ਜੀ, ਉਹ ਤਾਂ ਪਤਾ ਨਹੀਂ ਉਹ ਕਦੋਂ ਤੱਕ ਉਹ ਉੱਦਾਂ ਹੀ ਰਹੇਗਾ। ਤੁਸੀਂ ਜਿਹੜਾ ਮੌਕੇ 'ਤੇ ਫਸ ਗਏ ਬਾਈ, ਸਾਰੀ ਜ਼ਿੰਦਗੀ ਗਏ ਕੰਮ ਤੋਂ, ਗਏ ਕੰਮ ਤੋਂ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੋਹਰੀ ਚਿੰਤਾ ਹੈ ਕਿ ਇੱਕ ਤਾਂ ਸਾਡੀ ਸਿਸਟਮ ਦੀ ਫੇਲੀਓਰ ਹੈ, ਬਿਲਕੁਲ, ਸੈਕੰਡ ਸਾਡੇ ਹੀ ਸਮਾਜ ਦੇ ਵਿੱਚੋਂ ਨੌਜਵਾਨੀ 'ਚੋਂ ਇੱਕ ਤਬਕਾ ਐਸਾ ਕਹਿ ਲਓ ਕਿ ਉੱਠਦਾ ਜਿਹੜਾ ਚੰਦ ਪੈਸਿਆਂ ਲਈ, ਮਾਲ ਪੱਤੇ ਵਾਸਤੇ ਜੀ, ਜਾਂ ਕਹਿ ਲਓ ਕਿ ਹੋ ਸਕਦਾ ਭਾਵਨਾਤਮਕ ਤੌਰ ਤੇ, ਕੋਈ ਵੀ ਆਪਾਂ ਸੰਭਾਵਨਾ ਰੱਖ ਲਈਏ ਕਿ ਉਹ ਕੋਈ ਵੀ ਕਾਂਡ ਕਰਨ ਵਾਸਤੇ ਤਿਆਰ ਹੈ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਡੇ ਵਾਸਤੇ ਹੋਰ ਚਿੰਤਾ ਤੁਰ ਕਰਨ ਵਾਲੀ ਗੱਲ ਆ ਜੀ। ਬਹੁਤ ਜਲਦੀ ਗੁੰਮਰਾਹ ਹੋ ਜਾਂਦੇ ਹੈ ਨਾ ਥੋੜ੍ਹੀ ਜਿਹੀ ਕਿਸੇ ਚੀਜ਼ ਪਿੱਛੇ। ਸਿੰਘ ਬਾਜਵਾ ਜੀ ਇੱਧਰ ਦੱਸ ਰਹੇ ਨੇ ਕਿ ਭਾਈ ਸਾਡੇ ਲਾਡੋਵਾਲ ਟੋਲ ਪਲਾਜ਼ੇ ਦੇ ਉੱਤੇ ਕਹਿੰਦੇ ਤਲਵੰਡੀ ਪਿੰਡ ਹੈ, ਉੱਥੇ ਚਿੱਟਾ ਬੜਾ ਵਿਕਦਾ। ਤੁਸੀਂ ਭਾਅ ਜੀ ਕੋਈ ਤੱਥ ਵਗੈਰਾ ਤੁਹਾਡੇ ਕੋਲ ਹੈ ਤਾਂ ਤੁਸੀਂ ਮੇਲ ਕਰ ਸਕਦੇ ਹੋ, ਚੈਨਲ ਦੇ ਜਿਹੜੀ ਸਾਡੀ ਮੇਲ ਆਈ ਡੀ ਹੈ ਉਸ 'ਤੇ ਮੇਲ ਕਰ ਸਕਦੇ ਹੋ। ਤੱਥ ਇਹਨਾਂ ਵਿਚਾਰਿਆਂ ਕੋਲ ਕਿਹੜਾ, ਉੱਥੇ ਕੋਈ ਰਿਕਾਰਡਿੰਗ ਹੋਏਗੀ ਸੁਖ ਮੰਗ ਰਹੇ ਨੇ ਨੰਬਰ ਕੋਈ ਕਹਿੰਦੇ ਕਿ ਤੁਹਾਡਾ। ਹਾਂਜੀ ਤੁਸੀਂ ਗੱਲ ਆਪਦੀ ਤਾਂ ਰੱਖ ਹੀ ਦਿੱਤੀ ਆ ਜੀ ਜੀ, ਹੁਣ ਭਾਵੇਂ ਵੀਡੀਓ ਭੇਜੋ ਆਡੀਓ ਭੇਜੋ, ਤੁਸੀਂ ਆਪਣੇ ਪਿੰਡ ਦਾ ਜਾਂ ਆਪਣੇ ਇਲਾਕੇ ਦਾ ਨਾਂ ਲੈ ਦਿੱਤਾ, ਪਰ ਅਸੀਂ ਗੱਲ ਕਰਦੇ ਹੁੰਦੇ ਹਾਂ ਪੰਜਾਬ ਦੇ ਸੰਦਰਭ 'ਚ ਜੀ, ਕਿ ਐਸਾ ਕੋਈ ਪਿੰਡ ਲੱਭ ਕੇ ਤਾਂ ਵਿਖਾਓ, ਐਸਾ ਕੋਈ ਇਲਾਕਾ ਲੱਭ ਕੇ ਤਾਂ ਵਿਖਾਓ ਜਿੱਥੇ ਬਿਮਾਰੀ ਨਹੀਂ ਹੈਗੀ, ਬਿਲਕੁਲ, ਅਤੇ ਜਿੱਥੇ ਇਸ ਤਰ੍ਹਾਂ ਦੇ ਪੈਡਲਰ ਕੰਮ ਨਹੀਂ ਕਰਦੇ, ਕੋਈ ਇਲਾਕਾ ਹੈ ਹੀ ਨਹੀਂ ਸਾਹਿਬ। ਮੈਂ ਆਪਦੇ ਪਿੰਡ ਦੀ ਸਫਾਈ ਦੇਈ ਚੱਲਾਂ, ਹਾਲਾਂਕਿ ਸਾਡੇ ਸਾਰੇ ਨੌਜਵਾਨ ਇਸ ਤਰ੍ਹਾਂ ਦੇ ਨਹੀਂ ਜੀ, ਪਰ ਹੈਗੇ ਨੇ, ਉੱਥੇ ਚੋਰੀਆਂ ਵੀ ਕਰੀ ਜਾਂਦੇ ਆ, ਗੰਡਾਸਿਆਂ ਨਾਲ ਰੀਲਾਂ ਵੀ ਪਾਈ ਜਾਂਦੇ ਆ, ਵੇਲੇ ਕੁ ਵੇਲੇ ਚਿੱਟਾ ਵੀ ਵੇਚੀ ਜਾਂਦੇ ਆ, ਬਿਲਕੁਲ। ਅਤੇ ਮੈਂ ਆਪਦੇ ਪਿੰਡ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਹੀ ਗੱਲ ਕਰ ਦਿੰਦਾ ਜੀ, ਕਿ ਤੇ ਹਰੇਕ ਥਾਂ ਦੀ ਬਿਮਾਰੀ, ਹਰੇਕ ਥਾਂ 'ਤੇ, ਬਿਲਕੁਲ ਜੀ, ਬਿਲਕੁਲ। ਪੁਲਿਸ ਕਿਉਂ ਨਹੀਂ ਕੰਟਰੋਲ ਕਰ ਰਹੀ, ਇਹ ਜਵਾਬਦੇਹੀ ਹੁਣ ਜਿਹੜੀ ਹੈ ਪੁਲਿਸ ਤੈਅ ਕਰੇ ਆਪਣੀ ਜੀ, ਆਪਣੇ ਅਕਸਰ ਮਾਨ ਸਾਹਿਬ ਤੈਅ ਕਰ ਰਹੀ ਹੈ, ਬਿਲਕੁਲ ਜੀ, ਬਿਲਕੁਲ। ਜੋਬਨ ਜੀ ਕਹਿ ਰਹੇ ਨੇ ਕਿ CGI ਦੇ ਘਰ ਮੋਦੀ ਦਾ ਜਾਣਾ ਨਿਆਂ ਪ੍ਰਣਾਲੀ ਦੀ, ਠੀਕ ਹੈ, ਇਸ 'ਤੇ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਜਾ ਕੇ, ਅਤੇ ਆਪਾਂ ਉਦੋਂ ਤੱਕ ਕੋਈ ਹੋਰ ਖਬਰ ਕਰਦੇ ਹਾਂ, ਫਿਰ ਇਹ ਗੱਲਾਂ ਆਪਾਂ ਜਿਹੜੀਆਂ ਕਰਦੀਆਂ ਨੇ। ਕੇਜਰੀਵਾਲ ਨੂੰ ਕਹਿੰਦੇ ਨੇ ਜ਼ਮਾਨਤ ਮਿਲ ਗਈ ਹੈ, ਪੰਜਾਬ ਦਾ ਜਹਾਜ਼ ਸ਼ਾਮ ਤੱਕ ਦਿੱਲੀ ਪਹੁੰਚਿਆ, ਲਓ ਇੰਦਰ ਜੀ ਕਹਿ ਰਹੇ ਨੇ।